ਅੱਜ ਸ਼ਿਵਸੈਨਾ ਪੰਜਾਬ ਦੇ ਨੇਤਾ ਨਾਲ ਸੰਦੀਪ ਥਾਪਰ ਦੇ ਨਾਲ ਜਿਹੜੀ ਵੀ ਵਾਰਦਾਤ ਹੋਈ, ਜਿਹੜਾ ਉੱਥੇ ਕਾਤਲਾਨਾ ਹਮਲਾ ਹੋਇਆ, ਉਸ ਨੂੰ ਲੈ ਕੇ ਉਦੋਂ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਜਿਹੜਾ ਲੁਧਿਆਣਾ ਬੰਦ ਦੀ ਕਾਲ ਦਿੱਤੀ ਗਈ ਸੀਗੀ, ਉਸ ਸਬੰਧ 'ਚ ਸੀਪੀ ਸਾਹਿਬ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਅਤੇ ਸੰਦੀਪ ਥਾਪਰ ਜੀ ਦਾ ਹਾਲ ਚਾਲ ਵੀ ਪੁੱਛਣ ਆਏ ਨੇ, ਦੇਖਣ ਆਏ ਨੇ ਕਿ ਦੋ ਮੁਲਾਜ਼ਮ ਜਿਨ੍ਹਾਂ ਨੇ ਸੰਦੀਪ ਥਾਪਰ ਦੇ ਉੱਤੇ ਹਮਲਾ ਕੀਤਾ ਸੀ, ਉਹਨਾਂ 'ਚੋਂ ਦੋ ਮੁਲਜ਼ਮ ਅੱਜ ਲੁਧਿਆਣਾ ਪੁਲਿਸ ਦੁਆਰਾ ਫੜੇ ਜਾ ਚੁੱਕੇ ਨੇ ਅਤੇ ਇਹਨਾਂ ਨੇ ਇੱਕ ਹੋਰ ਆਸ਼ਵਾਸਨ ਦਿੱਤਾ ਕਿ ਜਲਦੀ ਜਿਹੜੀ ਇਹਦੀ ਕਾਰਵਾਈ ਹੈ ਪੂਰੀ ਤਹਿ ਤੱਕ ਜਾਊਗੀ। ਇਹਦੇ ਪਿੱਛੇ ਕੌਣ ਹੈ, ਇਹਦਾ ਸਾਜਿਸ਼ਕਰਤਾ ਕੌਣ ਹੈ? ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਅਸੀਂ ਲੋਕ ਲੁਧਿਆਣਾ ਵਾਸੀਆਂ ਵੱਲੋਂ ਜਿਹੜੀ ਲੁਧਿਆਣਾ ਬੰਦ ਦੀ ਕਾਲ ਕੱਲ੍ਹ ਸ਼ੁੱਕਰਵਾਰ ਦੀ ਦਿੱਤੀ ਗਈ ਸੀ, ਅਸੀਂ ਉਹਨੂੰ ਵਾਪਸ ਲੈ ਰਹੇ ਹਾਂ। ਲੁਧਿਆਣਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ, ਨਾਲੇ ਅਪੀਲ ਕਰਾਂਗੇ ਕਿ ਕੱਲ੍ਹ ਪੂਰੇ ਬਾਜ਼ਾਰ ਖੁੱਲ੍ਹਣ, ਪੂਰਾ ਪ੍ਰਸ਼ਾਸਨ ਦਾ ਸਹਿਯੋਗ ਸਾਡੇ ਨਾਲ ਰਹੇਗਾ ਤੇ ਲੋਕਾਂ ਨਾਲ ਸਾਡੇ ਨਾਲ ਵੀ ਰਹੇਗਾ। ਜਕਾਰਾ ਵੀਰ ਬਜਰੰਗੇ, ਅਸੀਂ ਨਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਬਹੁਤ ਜਲਦ ਇਹਨਾਂ ਨੇ ਜਿਹੜੇ ਮੁਜ਼ਰਮ ਸੀਗੇ ਪਕੜ ਲਏ ਹੈ ਔਰ ਉਹਨਾਂ 'ਤੇ ਸਖ਼ਤ ਕਾਰਵਾਈ ਕਰ ਰਹੇ ਹੈ ਔਰ ਇਹਨਾਂ ਨੇ ਸੀਪੀ ਸਾਹਿਬ ਨੇ ਔਰ ਤੇਜਾ ਜੀ ਨੇ ਆਸ਼ਵਾਸਨ ਵੀ ਦਿੱਤਾ ਵੀ ਇਹਦੀ ਜਿਹੜੀ ਲੜੀ ਹੈ ਇਹਦੇ ਪਿੱਛੇ ਕੌਣ ਹੈ ਕੌਣ ਨਹੀਂ ਹੈ ਸਾਰੀ ਡਿਟੇਲ ਦੇ ਵਿੱਚ ਉਹ ਕੱਢ ਕੇ ਉਹਦੀ ਡਿਟੇਲ ਸਾਡੇ ਸਾਹਮਣੇ ਸਾਰੇ ਸ਼ਹਿਰ ਵਾਸੀਆਂ ਦੇ ਸਾਹਮਣੇ ਰੱਖਣਗੇ। ਉਹ ਸਾਰੇ ਹਿੰਦੂ ਸੰਗਠਨ ਇੱਥੇ ਆਏ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ। ਉਹ ਜਿਸ ਤਰ੍ਹਾਂ ਟੰਡਾ ਜੀ ਨੇ ਕਿਹਾ ਵੀ ਜਿਹੜੀ ਇਹ ਕਾਲ ਹੈ ਕੱਲ੍ਹ ਦੀ ਇਹ ਅਸੀਂ ਮੁਲਤਵੀ ਕਰਦੇ ਹਾਂ ਔਰ ਸਾਨੂੰ ਪੂਰਾ ਭਰੋਸਾ ਹੈ ਵੀ ਅੱਗਿਓਂ ਜਿਹੜੀ ਕਾਰਵਾਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਅੱਛੇ ਤਰੀਕੇ ਨਾਲ ਹੋਏਗੀ ਔਰ ਅੱਗਿਓਂ ਜਿਹੜੇ ਹਿੰਦੂ ਲੀਡਰ ਹੈ ਜਾਂ ਹੋਰ ਹੈ ਉਹਨਾਂ ਦਾ ਕਿਸ ਤਰ੍ਹਾਂ ਇੰਤਜ਼ਾਮ ਕਰਨਾ ਉਹ ਬਹੁਤ ਵਧੀਆ ਤਰੀਕੇ ਨਾਲ। ਅਸੀਂ ਇੱਕ ਬੇਨਤੀ ਵੀ ਕਰਦੇ ਹਾਂ ਸੀਪੀ ਸਾਹਿਬ ਇੱਥੇ ਆਏ ਨਾ ਨੂੰ ਵੀ ਪ੍ਰਸ਼ਾਸਨ ਨੂੰ ਵੀ ਜੋ ਗੋਰਾ ਥਾਪਰ ਜੀ ਸਮਾਜ ਸੇਵਾ ਕਰਦੇ ਰਹੇ ਹਮੇਸ਼ਾ ਹੀ ਵੀ ਕਮ ਸੇ ਕਮ ਸਰਕਾਰ ਨੂੰ ਬੇਨਤੀ ਹੈ ਵੀ ਉਹਦੇ ਇਲਾਜ ਦਾ ਜ਼ਿੰਮੇਵਾਰੀ ਲੁਧਿਆਣਾ ਪ੍ਰਸ਼ਾਸਨ ਉਹ ਚੱਕੇ। ਅਸੀਂ ਇਸ ਸੀਪੀ ਸਾਹਿਬ ਅੱਗੇ ਬੇਨਤੀ ਵੀ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ ਜਿਹਨਾਂ ਨੇ ਇੰਨੀ ਜਲਦੀ ਮੁਜਰਿਮਾਂ ਨੂੰ ਪਕੜਿਆ ਅਤੇ ਕਾਲ ਵਾਪਸੀ ਦੀ ਗੱਲ ਟੰਡਨ ਜੀ ਨੇ ਨੀਰਜ ਨੇ ਦੱਸੀ ਹੈ, ਇਹ ਵੀ ਅਸੀਂ ਆਸ਼ਵਾਸਨ ਚਾਹੁੰਦੇ ਹਾਂ ਸੀਪੀ ਸਾਹਿਬ ਤੋਂ ਇਹਨਾਂ ਦੀ ਟੀਮ ਤੋਂ ਵੀ ਗੋਰੇ ਥਾਪਰ ਜੀ ਦਾ ਇਲਾਜ ਅਤੇ ਉਹਨਾਂ ਦੀ ਇੱਥੇ ਦੀ ਸੁਰੱਖਿਆ ਦੀ ਵੀ ਇੰਤਜ਼ਾਮ ਲੁਧਿਆਣਾ ਪ੍ਰਸ਼ਾਸਨ ਕਰੇ, ਇਹੀ ਅੱਗੇ ਨਾ ਅੱਗੇ ਬੇਨਤੀ। ਅੱਜ ਜਿਹੜਾ ਇੰਸੀਡੈਂਟ ਹੋਇਆ ਬਹੁਤ ਹੀ ਅਨਫੋਰਚੁਨੇਟ ਇੰਸੀਡੈਂਟ ਸੀਗਾ ਔਰ ਪੁਲਿਸ ਨੇ ਉਸ 'ਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਦੋ ਐਕਿਊਜ਼ ਅਸੀਂ ਅਰੈਸਟ ਕੀਤੇ ਅਤੇ ਥੋੜ੍ਹੀ ਦੇਰ ਪਹਿਲਾਂ ਉਹਨਾਂ ਦੀ ਡਿਟੇਲ ਪ੍ਰੈਸ ਕਾਨਫਰੰਸ ਹੋਈ ਹੈ ਅਤੇ ਮੈਂ ਇਨਸ਼ੋਰ ਕਰਾਂਗਾ ਕਿ ਜਿਹੜਾ ਇਹਨਾਂ ਦਾ ਜੋ ਇਲਾਜ ਹੈਗਾ ਉਹਦਾ ਹਰ ਸੰਭਵ ਜਿਹੜਾ ਹੈਗਾ ਪ੍ਰਸ਼ਾਸਨ ਮਦਦ ਕਰੂ ਐਂਡ ਉਹਦੀ ਜਿਹੜੀ ਸਿਕਿਉਰਿਟੀ ਹੈ ਉਹਦੀ ਵੀ ਅਸੀਂ ਇਨਸ਼ੋਰ ਕਰਾਂਗੇ, ਉਹਦੀ ਸੇਫਟੀ ਐਂਡ ਸਿਕਿਉਰਿਟੀ ਪੁਲਿਸ ਪ੍ਰੋਪਰਲੀ ਕਰੇਗੀ ਅਤੇ ਗਾਂ ਵਾਸਤੇ ਵੀ ਅਸੀਂ ਇਨਸ਼ੋਰ ਕਰਦੇ ਹਾਂ ਕਿ ਆਪਸ ਵਿੱਚ ਜਿਹੜਾ ਹੈਗਾ ਤੁਸੀਂ ਬਹੁਤ ਹੀ ਅੱਛਾ ਮਤਲਬ ਇੱਕ ਭਾਈਚਾਰਕ ਜਿਹੜਾ ਆਪਾਂ ਕਹਿ ਸਕਦੇ ਹਾਂ ਤੁਸੀਂ ਨਿਭਾਇਆ ਐਂਡ ਜਿਹੜਾ ਕੋਲ ਵਾਲੀ ਗੱਲ ਤੁਸੀਂ ਹੈਗੀ ਤਾਂ ਆਪਾਂ ਮਿਲ ਕੇ ਇਹ ਪੰਜਾਬ ਜਿਹੜਾ ਪੀਸਫੁਲ ਪੰਜਾਬ ਆਪਾਂ ਬਣਾਈਏ ਇਹਨੂੰ ਅੱਗੇ ਵਧਾਈਏ ਔਰ ਇਸ ਤਰ੍ਹਾਂ ਕਿ ਜਿਹੜੇ ਅਨਸਰ ਹੈਗੇ ਆ ਉਹਨਾਂ 'ਤੇ ਅਸੀਂ ਕਿ ਜੇ ਤੁਸੀਂ ਸਹਿਯੋਗ ਕਰੋਗੇ ਅਸੀਂ ਇਹੋ ਜਿਹੇ ਬੰਦਿਆਂ ਦੇ ਨਕੇਲ ਪਾਉਣ 'ਚ ਸਾਨੂੰ ਸੌਖਾ ਹੋਊਗਾ ਅਤੇ ਤੁਹਾਡਾ ਸਹਿਯੋਗ ਸਾਨੂੰ ਮਿਲਦਾ ਰਹੇਗਾ। ਬਹੁਤ ਬਹੁਤ ਮਿਹਰਬਾਨੀ, ਜੈਂਗੀ। ਅੱਜ ਸ਼ਿਵਸੈਨਾ ਪੰਜਾਬ ਦੇ ਨੇਤਾ ਨਾਲ ਸੰਦੀਪ ਥਾਪਰ ਦੇ ਨਾਲ ਜਿਹੜੀ ਵੀ ਵਾਰਦਾਤ ਹੋਈ, ਜਿਹੜਾ ਉੱਥੇ ਕਾਤਲਾਨਾ ਹਮਲਾ ਹੋਇਆ, ਉਸ ਨੂੰ ਲੈ ਕੇ ਉਦੋਂ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਜਿਹੜਾ ਲੁਧਿਆਣਾ ਬੰਦ ਦੀ ਕਾਲ ਦਿੱਤੀ ਗਈ ਸੀਗੀ, ਉਸ ਸਬੰਧ 'ਚ ਸੀਪੀ ਸਾਹਿਬ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਅਤੇ ਸੰਦੀਪ ਥਾਪਰ ਜੀ ਦਾ ਹਾਲ ਚਾਲ ਵੀ ਪੁੱਛਣ ਆਏ ਨੇ, ਦੇਖਣ ਆਏ ਨੇ ਕਿ ਦੋ ਮੁਲਾਜ਼ਮ ਜਿਨ੍ਹਾਂ ਨੇ
ਸੰਦੀਪ ਥਾਪਰ ਦੇ ਉੱਤੇ ਹਮਲਾ ਕੀਤਾ ਸੀ, ਉਹਨਾਂ 'ਚੋਂ ਦੋ ਮੁਲਜ਼ਮ ਅੱਜ ਲੁਧਿਆਣਾ ਪੁਲਿਸ ਦੁਆਰਾ ਫੜੇ ਜਾ ਚੁੱਕੇ ਨੇ ਅਤੇ ਇਹਨਾਂ ਨੇ ਇੱਕ ਹੋਰ ਆਸ਼ਵਾਸਨ ਦਿੱਤਾ ਵੀ ਜਲਦੀ ਜਿਹੜੀ ਇਹਦੀ ਕਾਰਵਾਈ ਹੈ ਪੂਰੀ ਤਹਿ ਤੱਕ ਜਾਊਗੀ। ਇਹਦੇ ਪਿੱਛੇ ਕੌਣ ਹੈ, ਇਹਦਾ ਸਾਜਿਸ਼ਕਰਤਾ ਕੌਣ ਹੈ? ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਅਸੀਂ ਲੋਕ ਲੁਧਿਆਣਾ ਵਾਸੀਆਂ ਵੱਲੋਂ ਜਿਹੜੀ ਲੁਧਿਆਣਾ ਬੰਦ ਦੀ ਕਾਲ ਕੱਲ੍ਹ ਸ਼ੁੱਕਰਵਾਰ ਦੀ ਕੀਤੀ ਗਈ ਸੀ, ਅਸੀਂ ਉਹਨੂੰ ਵਾਪਸ ਲੈ ਰਹੇ ਹਾਂ। ਲੁਧਿਆਣਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ, ਨਾਲੇ ਅਪੀਲ ਕਰਾਂਗੇ ਵੀ ਕੱਲ੍ਹ ਪੂਰੇ ਬਾਜ਼ਾਰ ਖੁੱਲ੍ਹਣ, ਪੂਰਾ ਪ੍ਰਸ਼ਾਸਨ ਦਾ ਸਹਿਯੋਗ ਸਾਡੇ ਨਾਲ ਰਹੇਗਾ ਤੇ ਲੋਕਾਂ ਨਾਲ ਸਾਡੇ ਨਾਲ ਵੀ ਰਹੇਗਾ। ਜਕਾਰਾ ਵੀਰ ਬਜਰੰਗੇ। ਅਸੀਂ ਨਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਬਹੁਤ ਜਲਦ ਇਹਨਾਂ ਨੇ ਜਿਹੜੇ ਮੁਜਰਮ ਸੀਗੇ ਪਕੜ ਲਏ ਹੈ ਔਰ ਉਹਨਾਂ 'ਤੇ ਸਖ਼ਤ ਕਾਰਵਾਈ ਕਰ ਰਹੇ ਹੈ ਔਰ ਇਹਨਾਂ ਨੇ ਸੀਪੀ ਸਾਹਿਬ ਨੇ ਔਰ ਦੇਜਾ ਜੀ ਨੇ ਆਸ਼ਵਾਸਨ ਵੀ ਦਿੱਤਾ ਵੀ ਇਹਦੀ ਜਿਹੜੀ ਲੜੀ ਹੈ ਇਹਦੇ ਪਿੱਛੇ ਕੌਣ ਹੈ ਕੌਣ ਨਹੀਂ ਹੈ ਸਾਰੀ ਡਿਟੇਲ ਦੇ ਵਿੱਚ ਉਹ ਕੱਢ ਕੇ ਉਹਦੀ ਡਿਟੇਲ ਸਾਡੇ ਸਾਹਮਣੇ ਸਾਰੇ ਸ਼ਹਿਰ ਵਾਸੀਆਂ ਦੇ ਸਾਹਮਣੇ ਰੱਖਣਗੇ। ਉਹ ਸਾਰੇ ਹਿੰਦੂ ਸੰਗਠਨ ਇੱਥੇ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ। ਔਰ ਜਿਸ ਤਰ੍ਹਾਂ ਟੰਡਾ ਜੀ ਨੇ ਕਿਹਾ ਵੀ ਜਿਹੜੀ ਇਹ ਕਾਲ ਹੈ ਕੱਲ੍ਹ ਦੀ ਇਹ ਅਸੀਂ ਮੁਲਤਵੀ ਕਰਦੇ ਹਾਂ ਔਰ ਸਾਨੂੰ ਪੂਰਾ ਭਰੋਸਾ ਹੈ ਵੀ ਅੱਗਿਓਂ ਜਿਹੜੀ ਕਾਰਵਾਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਅੱਛੇ ਤਰੀਕੇ ਨਾਲ ਹੋਏਗੀ ਔਰ ਅੱਗਿਓਂ ਜਿਹੜੇ ਹਿੰਦੂ ਲੀਡਰ ਹੈ ਜਾਂ ਹੋਰ ਹੈ ਉਹਨਾਂ ਦਾ ਕਿਸ ਤਰ੍ਹਾਂ ਇੰਤਜ਼ਾਮ ਕਰਨਾ ਉਹ ਬਹੁਤ ਵਧੀਆ ਤਰੀਕੇ ਨਾਲ। ਅਸੀਂ ਇੱਕ ਬੇਨਤੀ ਵੀ ਕਰਦੇ ਹਾਂ ਸੀਪੀ ਸਾਹਿਬ ਇੱਥੇ ਆਏ ਨਾ ਨੂੰ ਵੀ ਪ੍ਰਸ਼ਾਸਨ ਨੂੰ ਵੀ ਜੋ ਗੋਰਾ ਥਾਪਰ ਜੀ ਇੱਕ ਸਮਾਜ ਸੇਵਾ ਕਰਦੇ ਰਹੇ ਹਮੇਸ਼ਾ ਹੀ ਵੀ ਕਮ ਸੇ ਕਮ ਸਰਕਾਰ ਨੂੰ ਬੇਨਤੀ ਹੈ ਵੀ ਉਹਦੇ ਇਲਾਜ ਦਾ ਜ਼ਿੰਮੇਵਾਰੀ ਲੁਧਿਆਣਾ ਪ੍ਰਸ਼ਾਸਨ ਉਹ ਚੱਕੇ। ਅਸੀਂ ਇਸ ਸੀਪੀ ਸਾਹਿਬ ਅੱਗੇ ਬੇਨਤੀ ਵੀ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ ਜਿਹਨਾਂ ਨੇ ਇੰਨੀ ਜਲਦੀ ਮੁਜਰਿਮਾਂ ਨੂੰ ਪਕੜਿਆ ਅਤੇ ਕਾਲ ਵਾਪਸੀ ਦੀ ਗੱਲ ਟੰਡਨ ਜੀ ਨੇ ਨੀਰਜ ਨੇ ਦੱਸੀ ਹੈ। ਇਹ ਵੀ ਅਸੀਂ ਆਸ਼ਵਾਸਨ ਚਾਹੁੰਦੇ ਹਾਂ ਸੀਪੀ ਸਾਹਿਬ ਤੋਂ ਇਹਨਾਂ ਦੀ ਟੀਮ ਤੋਂ ਵੀ ਗੋਰੇ ਥਾਪਰ ਜੀ ਦਾ ਇਲਾਜ ਅਤੇ ਉਹਨਾਂ ਦੀ ਇੱਥੇ ਦੀ ਸੁਰੱਖਿਆ ਦੀ ਵੀ ਇੰਤਜ਼ਾਮ ਲੁਧਿਆਣਾ ਪ੍ਰਸ਼ਾਸਨ ਕਰੇ। ਇਹੀ ਅੱਗੇ ਨਾ ਅੱਗੇ ਬੇਨਤੀ। ਅੱਜ ਜਿਹੜਾ ਇੰਸੀਡੈਂਟ ਹੋਇਆ ਬਹੁਤ ਹੀ ਅਨਫੋਰਚੁਨੇਟ ਇੰਸੀਡੈਂਟ ਸੀਗਾ ਔਰ ਪੁਲਿਸ ਨੇ ਉਸ 'ਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਦੋ ਐਕਿਊਜ਼ ਅਸੀਂ ਅਰੈਸਟ ਕੀਤੇ ਅਤੇ ਥੋੜ੍ਹੀ ਦੇਰ ਪਹਿਲਾਂ ਉਹਨਾਂ ਦੀ ਡਿਟੇਲ ਪ੍ਰੈਸ ਕਾਨਫਰੰਸ ਹੋਈ ਹੈ ਅਤੇ ਮੈਂ ਇਨਸ਼ੋਰ ਕਰਾਂਗਾ ਕਿ ਜਿਹੜਾ ਇਹਨਾਂ ਦਾ ਜੋ ਇਲਾਜ ਹੈਗਾ ਉਹਦਾ ਹਰ ਸੰਭਵ ਜਿਹੜਾ ਹੈਗਾ ਪ੍ਰਸ਼ਾਸਨ ਮਦਦ ਕਰੂ ਐਂਡ ਉਹਦੀ ਜਿਹੜੀ ਸਿਕਿਉਰਿਟੀ ਹੈ ਉਹਦੀ ਵੀ ਅਸੀਂ ਇਨਸ਼ੋਰ ਕਰਾਂਗੇ, ਉਹਦੀ ਸੇਫਟੀ ਐਂਡ ਸਿਕਿਉਰਿਟੀ ਪੁਲਿਸ ਪ੍ਰੋਪਰਲੀ ਕਰੇਗੀ ਅਤੇ ਗਾਂ ਵਾਸਤੇ ਵੀ ਅਸੀਂ ਇਨਸ਼ੋਰ ਕਰਦੇ ਹਾਂ ਕਿ ਆਪਸ ਵਿੱਚ ਜਿਹੜਾ ਹੈਗਾ ਤੁਸੀਂ ਬਹੁਤ ਹੀ ਅੱਛਾ ਮਤਲਬ ਇੱਕ ਭਾਈਚਾਰਕ ਜਿਹੜਾ ਆਪਾਂ ਕਹਿ ਸਕਦੇ ਹਾਂ ਤੁਸੀਂ ਨਿਭਾਇਆ ਐਂਡ ਜਿਹੜਾ ਕੋਲ ਵਾਲੀ ਗੱਲ ਤੁਸੀਂ ਹੈਗੀ ਤਾਂ ਆਪਾਂ ਮਿਲ ਕੇ ਇੱਕ ਪੰਜਾਬ ਜਿਹੜਾ ਪੀਸਫੁਲ ਪੰਜਾਬ ਆਪਾਂ ਬਣਾਈਏ ਇਹਨੂੰ ਅੱਗੇ ਵਧਾਈਏ ਔਰ ਇਸ ਤਰ੍ਹਾਂ ਕਿ ਜਿਹੜੇ ਅਨਸਰ ਹੈਗੇ ਆ ਉਹਨਾਂ 'ਤੇ ਅਸੀਂ ਕਿਉਂਕਿ ਜੇ ਤੁਸੀਂ ਸਹਿਯੋਗ ਕਰੋਗੇ ਅਸੀਂ ਇਹੋ ਜਿਹੇ ਬੰਦਿਆਂ ਦੇ ਨਕੇਲ ਪਾਉਣ 'ਚ ਸਾਨੂੰ ਸੌਖਾ ਹੋਊਗਾ ਅਤੇ ਤੁਹਾਡਾ ਸਹਿਯੋਗ ਸਾਨੂੰ ਮਿਲਦਾ ਰਹੇਗਾ। ਬਹੁਤ ਬਹੁਤ ਮਿਹਰਬਾਨੀ। ਜੈ ਹਿੰਦ। ਥੈਂਕ ਯੂ।